ਸਤਿ ਸ਼੍ਰੀ ਅਕਾਲ ਜੀ, ਪੰਜਾਬ ਬੋਲਦਾ ਵੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਕੁਲਵਿੰਦਰ ਸਿੰਘ ਅਤੇ ਪੰਜਾਬ ਬੋਲਦਾ ਦੇ ਵਿੱਚ ਅੱਜ ਅਸੀਂ ਖਰੜ ਦੇ ਵਿੱਚ ਮੌਜੂਦ ਹਾਂ। ਦਰਅਸਲ ਇੱਥੇ ਲੋਕ ਇੱਕ ਵੱਡੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਨੇ। ਦਰਅਸਲ ਖਰੜ ਦੇ ਵਿੱਚ ਮੇਰੇ ਪਿੱਛੇ ਤੁਸੀਂ ਫਲਾਈਓਵਰ ਜੋ ਵੇਖ ਰਹੇ ਹੋ, ਕਾਫੀ ਲੰਬੇ ਸਮੇਂ ਤੋਂ ਇਹ ਫਲਾਈਓਵਰ ਇੱਥੇ ਬਣ ਰਿਹਾ ਹੈ, ਜਿਸ ਦੀ ਵਜ੍ਹਾ ਕਰਕੇ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਇੱਥੇ ਪਰੇਸ਼ਾਨ ਹੋਣਾ ਪੈ ਰਿਹਾ। ਅਤੇ ਸਾਹਮਣੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਗੱਡੀਆਂ ਦੀਆਂ। ਕਈ ਵਾਰ ਇਸ ਤਰੀਕੇ ਦੇ ਲੰਬੇ ਲੰਬੇ ਜਾਮ ਜਿਹੜੇ ਨੇ, ਪਿਛਲੇ ਕਈ ਸਾਲਾਂ ਤੋਂ ਲੋਕ ਇਹਨਾਂ ਜਾਮਾਂ ਦਾ ਸਾਹਮਣਾ ਕਰ ਰਹੇ ਨੇ। ਲੰਬੀਆਂ ਕਤਾਰਾਂ ਲੱਗ ਜਾਂਦੀਆਂ ਨੇ, ਕਈ ਕਿਲੋਮੀਟਰ ਲੰਬੀ ਕਤਾਰ ਜਿਹੜੀ ਹੈ ਇੱਥੇ ਵਾਹਨਾਂ ਦੀ ਲੱਗ ਜਾਂਦੀ ਹੈ। ਉਸ ਤੋਂ ਬਾਅਦ ਵੱਡੀ ਦਿੱਕਤ ਇਹ ਹੈ ਕਿ ਜਦੋਂ ਤੋਂ ਇੱਥੇ ਫਲਾਈਓਵਰ ਬਣਨਾ ਸ਼ੁਰੂ ਹੋਇਆ, ਉਸ ਤੋਂ ਬਾਅਦ ਧੂੜ ਮਿੱਟੀ ਦੀ ਵਜ੍ਹਾ ਕਰਕੇ ਆਲੇ ਦੁਆਲੇ ਦੇ ਦੁਕਾਨਦਾਰ ਵੀ ਬੜੇ ਪਰੇਸ਼ਾਨ ਨੇ। ਉਹਨਾਂ ਦਾ ਕਾਰੋਬਾਰ ਵੀ ਜਿਹੜਾ ਹੈ ਕਾਫੀ ਵੱਡੇ ਪੱਧਰ ਦੇ ਉੱਤੇ ਪ੍ਰਭਾਵਿਤ ਹੋ ਜਾਂਦਾ। ਕਹਿਣਾ ਹੈ ਕਿ ਇਸ ਦੀ ਵਜ੍ਹਾ ਕਰਕੇ ਜਿਹੜੀ ਹੈ ਕੰਮ ਹੈ ਉਹਨਾਂ ਦਾ, ਉਹ ਕਾਫੀ ਘਟਿਆ, ਉਸ ਦੇ ਉੱਤੇ ਅਸਰ ਬਹੁਤ ਪਿਆ ਹੈ। ਕੁਝ ਦੁਕਾਨਦਾਰਾਂ ਨਾਲ ਗੱਲਬਾਤ ਅਸੀਂ ਕਰਦੇ ਹਾਂ ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿੰਨਾ ਅਸਰ ਜਿਹੜਾ ਹੈ ਕਾਰੋਬਾਰ 'ਤੇ ਪਿਆ ਹੈ। ਭਾਜੀ, ਕੀ ਨਾਂ ਜੀ ਤੁਹਾਡਾ? ਰਣਜੀਤ ਸਿੰਘ ਜੀ। ਭਾਜੀ, ਮਾੜਾ ਸਾਨੂੰ ਇਹ ਦੱਸੋ ਕਿ ਇਹ ਫਲਾਈਓਵਰ ਬਾਰੇ ਦੱਸੋ ਕਿ ਜਦੋਂ ਦਾ ਇਹ ਬਣਨ ਲੱਗਿਆ ਹੈ, ਕੀ ਕੁਝ ਮੁਸ਼ਕਲਾਂ ਜਿਹੜੀਆਂ ਨੇ ਪੇਸ਼ ਆ ਰਹੀਆਂ ਇੱਥੇ ਵੱਡੇ ਪੱਧਰ? ਸਭ ਤੋਂ ਪਹਿਲਾਂ ਜੀ, ਜਿਹੜਾ ਤਾਂ ਸਾਡਾ ਇੱਥੇ ਜਾਮ ਦਾ ਬਹੁਤ ਵੱਡਾ ਕਾਰਨ ਹੈ। ਦੂਸਰੀ ਗੱਲ, ਮਿੱਟੀ ਬਹੁਤ ਹੈ, ਧੂੜ, ਕੋਈ ਵੀ ਨਾ ਇੱਥੇ ਪ੍ਰਸ਼ਾਸਨ ਦੀ ਕੋਈ ਉਹ ਨਹੀਂ ਹੈ, ਆਹ ਹਾਦਸਿਆਂ ਦਾ ਬੜਾ ਵੱਡਾ ਕਾਰਨ ਹੈ। ਭਾਜੀ, ਅਸੀਂ ਵੇਖ ਰਿਹਾ ਕਿ ਆਹ ਵੀ ਜਾਮ ਲੱਗਿਆ ਹੋਇਆ, ਕੋਈ ਪੁਲਿਸ ਦਾ ਮੁਲਾਜ਼ਮ ਸਾਨੂੰ ਨਜ਼ਰ ਨਹੀਂ ਆ ਰਿਹਾ। ਅਕਸਰ ਐਵੇਂ ਹੀ ਹੁੰਦਾ ਇੱਥੇ? ਇਹ ਜਿਹੜੇ ਪੁਲਿਸ ਵਾਲਿਆਂ ਦੇ ਤਾਂ ਚਲੋ ਕਾਰਵਾਈ ਛੱਡੇ ਦਿੱਤੀ ਰਹਿਣਾ, ਜਿਹੜੇ ਐਲ ਐਨ ਟੀ ਵਾਲੇ ਉਹਨਾਂ ਦੀ ਡਿਊਟੀ ਲਾਈ ਵੀ ਆ, ਉਹ ਵੀ ਇਹਨਾਂ ਨੇ ਚੱਲੇ ਕਮਲੇ ਬੰਦੇ ਇੱਥੇ ਮਤਲਬ ਖੜਾ ਰਹੇ ਹੋਏ। ਤੁਸੀਂ ਜਾ ਕੇ ਦੇਖੋ, ਉੱਥੇ ਬੱਸ ਅੱਡੇ ਜਾ ਕੇ ਦੇਖੋ, ਕਮਲੇ ਜਿਹੇ ਬੰਦੇ ਆ, ਉਹ ਡਿਊਟੀ ਕਰ ਰਹੇ ਆ, ਹਾਫ ਮੈਂਡ ਬੰਦੇ ਪੁਲਿਸ ਵਾਲੇ ਚਲੋ ਸਾਈਡ ਤੇ ਬੈਠੇ, ਚਲੋ ਅਸੀਂ ਉਹਨਾਂ ਬਾਰੇ ਵੀ ਕੁਝ ਨਹੀਂ ਕਹਿ ਸਕਦੇ। ਮੇਨ ਪ੍ਰੋਬਲਮ ਸਾਡੀ ਤਾਂ ਇਹ ਹੈ ਵੀ ਸਾਨੂੰ, ਅਸੀਂ ਬਹੁਤ ਜ਼ਿਆਦਾ ਇਹਦੇ ਤੋਂ ਅਤਿਅੰਤ ਦੁਖੀ ਹਾਂ, ਕਿਉਂਕਿ ਇੱਕ ਪਾਸੇ ਤੋਂ ਕੰਮ ਨਿਪਟਾਉਣਾ, ਦੂਜੇ ਪਾਸੇ ਹੁਣ ਚਲੇ ਜਾਂਦੇ ਹਾਂ। ਸਾਡੇ ਇੱਥੇ ਇਹਨਾਂ ਨੇ ਪਾਈਪ ਲਾਈਨਾਂ ਪਾਈਆਂ ਸੀਵਰੇਜ ਦੀਆਂ, ਸੀਵਰੇਜ ਨਾਲੇ ਵਾਟਰ ਸਪਲਾਈ ਪੈਣੀ ਹੈ, ਉਹ ਦੋਨੋਂ ਇਕੱਠੀਆਂ ਕਿਉਂ ਨਹੀਂ ਪਾਈਆਂ ਇਹਨਾਂ ਨੇ? ਇੱਕ ਵਾਰ ਸੀਵਰੇਜ ਪਾਤੀ, ਦੁਬਾਰਾ ਪੱਟਣਗੇ, ਫਿਰ ਵਾਟਰ ਸਪਲਾਈ ਪਾਉਣਗੇ। ਅੱਛਾ, ਵਾਰ ਵਾਰ ਪੱਟ ਕੇ ਪਾ ਰਹੇ ਆ, ਇਹ ਪਹਿਲਾਂ ਨਾਲਾ ਬਣਾਇਆ ਰਹਿਣਾ, ਫਿਰ ਵਾਟਰ ਸਪਲਾਈ ਪਾਈ, ਸੀਵਰੇਜ ਪਾਈ ਆ। ਵੀ ਇਹ ਪ੍ਰੋਬਲਮ ਜਿਹੜੀ ਇਹਨਾਂ ਨੇ ਬਹੁਤ ਵੱਡੀ ਸਾਡੇ ਲਈ ਬਣੀ ਹੋਈ ਹੈ, ਕਿਉਂ ਪਰ ਇਹ ਸਾਰਾ ਇੱਕ ਇਹਨਾਂ ਦਾ ਜੋ ਪ੍ਰਸ਼ਾਸਨ ਹੈ ਇਹ ਮਿਲ ਕੇ ਜੋ ਵੀ ਕੁਛ ਕਰ ਰਿਹਾ। ਅਸੀਂ ਇਹ ਤੋਂ ਜ਼ਿਆਦਾ ਅਤਿਅੰਤ ਦੁਖੀ ਹੈ, ਕਿਉਂਕਿ 4 ਦਿਨ ਸਾਡਾ ਕੰਮ ਇਹ ਪਹਿਲਾਂ ਨਾਲਾ ਪੱਟਿਆ ਰਹਿਣਾ, 3 ਮਹੀਨੇ ਕੰਮ ਬੰਦ ਰਿਹਾ, ਉਹ ਤੋਂ ਪਹਿਲਾਂ ਇਹ ਬਣਦਾ ਰਿਹਾ ਇਹਨਾਂ ਦਾ ਪੁਲ, ਉਦੋਂ ਅਸੀਂ 2 ਸਾਲ ਤੋਂ ਪ੍ਰਭਾਵਿਤ ਹਾਂ। ਔਰ ਸਭ ਤੋਂ ਵੱਡੀ ਧੂੜ ਮਿੱਟੀ ਇੰਨੀ ਜ਼ਿਆਦਾ ਹੈ ਵੀ ਅਸੀਂ ਇਹ ਤੋਂ ਬਹੁਤ ਜ਼ਿਆਦਾ ਦੁਖੀ ਹਾਂ। ਅਤੇ ਭਾਅ ਜੀ, ਕੋਈ ਸੁਣਵਾਈ ਨਹੀਂ ਹੋ ਰਹੀ, ਕੋਈ ਗੱਲਬਾਤ? ਸੁਣਵਾਈ ਕਹੋਗੇ ਕਿਹਦੇ ਕੋਲ ਜੀ? ਅਸੀਂ ਕੋਈ ਨਹੀਂ ਸੁਣਨ ਵਾਲਾ, ਕੋਈ ਨਹੀਂ ਕਹਿਣ ਵਾਲਾ ਇੱਥੇ। ਇਹਦਾ ਕੰਮ ਜਿਹੜਾ ਸੀ ਉਹ ਵੀ ਕਹਿ ਰਹੇ ਕਿ ਤੈਅ ਟਾਈਮ ਤੋਂ ਲੇਟ ਹੋ ਚੁੱਕਿਆ ਹੈ ਫਲਾਈਓਵਰ। ਬਹੁਤ ਲੇਟ ਹੋ ਗਿਆ, ਚਲੋ ਉਹਦੇ ਵੀ ਕਾਰਨ ਨਹੀਂ ਹੈਗਾ, ਅਸੀਂ ਕਹਿ ਸਕਦੇ, ਕਿਉਂਕਿ ਕਹਿ ਰਹੇ ਵੀ ਸਾਨੂੰ ਪ੍ਰਸ਼ਾਸਨ ਦਾ ਪ੍ਰੋਜੈਕਸ਼ਨ ਨਹੀਂ ਮਿਲੀ ਜਗ੍ਹਾ ਦੀ, ਵੀ ਸਾਨੂੰ ਜਗ੍ਹਾ ਦੇ ਪੈਸੇ ਨਹੀਂ ਮਿਲੇ, ਕੁਛ ਵੀ ਨਹੀਂ, ਚਲੋ ਸਭ ਕੁਝ ਮਿਲ ਮਿਲਾ ਕੇ ਹੋ ਰਿਹਾ, ਪਰ ਫਿਰ ਵੀ ਨਹੀਂ ਕੰਮ ਕਾਰ ਸਾਡਾ ਨੇਪਰੇ ਚੜ ਰਿਹਾ। ਭਾਈ, ਤੁਸੀਂ ਦੱਸੋ ਕੀ ਕੁਝ ਲੱਗਦਾ ਇੱਥੇ ਇਹ ਪਰੇਸ਼ਾਨੀ ਕਦੋਂ ਤੋਂ ਪੇਸ਼ ਆ ਰਹੀ ਹੈ? ਜਦ ਤੋਂ ਪੁਲ ਬਣ ਰਿਹਾ ਜਦ ਤੋਂ ਪਰੇਸ਼ਾਨੀ ਆ ਰਹੀ ਆ। ਕਾਰੋਬਾਰ ਤੇ ਕਿੰਨਾ? ਸਭ ਤੇ ਫਰਕ ਪੈ ਰਿਹਾ, ਜਿਹੜਾ ਵੀ ਕੋਈ ਦੁਕਾਨ ਹੈ ਮੇਨ ਰੋਡ ਤੇ, ਹਰ ਇੱਕ ਤੇ ਫਰਕ ਪੈ ਰਿਹਾ, ਕੰਮ ਕਰਤੇ ਗਾਹਕ ਕੋਈ ਖੜਦਾ ਨਹੀਂ, ਕੰਮ ਕਰ ਹੁੰਦਾ ਨਹੀਂ, ਤੇ ਜਿਹੜੇ ਜਾਮ ਲੱਗਦੇ ਇਹਨਾਂ ਦੀ ਵਜ੍ਹਾ ਕਰਕੇ ਵੀ ਪਰੇਸ਼ਾਨ ਹੁੰਦੇ ਨੇ ਲੋਕ। ਜਾਮ ਦੇ ਨਾਲ ਤਾਂ ਪਰੇਸ਼ਾਨ ਹੁੰਦੇ ਹੀ ਆ, ਤੇ ਲੱਗਦਾ ਕਿ ਮਤਲਬ ਇਹ ਕਾਫੀ ਕਈ ਸਾਲਾਂ ਤੋਂ ਲੱਗ ਰਹੀ ਹੈ ਦਿੱਕਤ ਲੋਕਾਂ ਨੂੰ ਪੇਸ਼ ਆ ਰਹੀ ਹੈ। ਲੱਗਦਾ ਇਹ ਕੋਈ ਸਰਕਾਰ ਜਾਂ ਜਿਹੜੇ ਅਧਿਕਾਰੀ ਨੇ ਆ, ਐਲ ਐਨ ਟੀ ਆ ਵਾਲੇ ਜਾਂ ਕੋਈ ਵੀ ਅਧਿਕਾਰੀ ਨੇ, ਨੈਸ਼ਨਲ ਹਾਈਵੇ ਵਾਲੇ, ਕੋਈ ਧਿਆਨ ਦੇ ਰਿਹਾ? ਐਮ ਐਲ ਏ ਆ ਜਾਂ ਅਧਿਕਾਰੀ ਨੇ, ਉਹ ਤਾਂ ਗੱਡੀਆਂ ਦੇ ਹਾਰਨ ਮਾਰ ਕੇ ਲੰਘਦੇ ਜਾਂਦੇ ਨੇ, ਉਹਨਾਂ ਨੂੰ ਰਸਤਾ ਮਿਲਦਾ ਜਾਂਦਾ, ਅੱਗੇ ਤੁਰੇ ਜਾਂਦੇ ਨੇ, ਬਾਕੀ ਆਮ ਜਨਤਾ ਪਰੇਸ਼ਾਨ ਹੋ ਰਹੀ ਹੈ। ਕੋਈ ਸੁਣਵਾਈ ਵੀ ਨਹੀਂ ਹੋ ਰਹੀ? ਸੁਣਵਾਈ ਕਿੱਥੇ ਹੋਣੀ ਜੀ? ਕੋਈ ਤਾਂ ਸੁਣਵਾਈ ਨਹੀਂ। ਸਾਡੇ ਨਾਲੇ ਦਾ ਜਿਹੜਾ ਪਾਣੀ ਹੈ ਨਾ, ਉੱਥੇ ਸਾਹਮਣੇ ਉਹਨਾਂ ਨੇ ਪਾ ਕੇ ਕੰਕਰੀਟ ਬੰਦ ਕਰ ਦਿੱਤਾ ਪਾਣੀ, ਅਸੀਂ ਆਪ ਜਾ ਕੇ ਖੁਦ ਜੇਸੀਬੀ ਮੰਗਾ ਕੇ ਅਸੀਂ ਉਹ ਪਾਣੀ ਵੀ ਖਲਵਾਇਆ, ਸਾਡੇ ਘਰਾਂ 'ਚ ਪਾਣੀ ਵੜ ਗਿਆ ਉਹਦੇ ਕਾਰਨ। ਪਾਣੀ ਸਾਡੇ ਘਰਾਂ ਵੜ, ਕਿਉਂਕਿ ਨਾਲੇ ਦੇ ਅੱਗੇ ਇਹਨਾਂ ਨੇ ਨਹੀਂ ਬਣਾਇਆ ਅੱਗੇ ਤੱਕ ਨਾਲਾ, ਇਹ ਨਾਲਾ ਸਾਡਾ ਇੱਥੇ ਬੰਦ ਹੈ 3 ਦਿਨ ਤੋਂ, ਹੋ ਗਏ 6 ਮਹੀਨੇ ਨਾਲੇ ਨੂੰ, ਅਸੀਂ ਉਹ ਕਰਾ ਕੇ ਖੋਲਦੇ ਹਾਂ ਪੈਪ, ਫਿਰ ਬੰਦ ਕਰ ਦਿੰਦੇ ਹਾਂ, ਕਦੇ ਕੁਛ ਗਿਰ ਜਾਂਦੇ, ਕਦੇ ਕੁਛ ਗਿਰ ਜਾਂਦੇ ਹਾਂ, ਅਸੀਂ ਬਹੁਤ ਜ਼ਿਆਦਾ ਮੁਸ਼ਕਲ ਵਿੱਚ ਹਾਂ ਉਰੇ। ਤਸਵੀਰਾਂ ਅਸੀਂ ਵਿਖਾ ਦੀ ਆਪਣੇ ਦਰਸ਼ਕਾਂ ਨੂੰ, ਆਹ ਤੁਸੀਂ ਨਾਲਾ ਵੇਖ ਸਕਦੇ ਹੋ ਜੀ, ਆ ਪੂਰਾ ਨਾਲਾ ਜਿਹੜਾ ਇਹ ਵਾਰ ਵਾਰ, ਜਿਵੇਂ ਸਾਨੂੰ ਦੱਸਿਆ ਇੱਥੇ ਜੋ ਦੁਕਾਨਦਾਰ ਨੇ, ਤਾਂ ਕਹਿਣਾ ਕਿ ਵਾਰ ਵਾਰ ਪਟਾਈ ਹੋ ਰਹੀ ਹੈ ਅਤੇ ਕਦੇ ਸੀਵਰੇਜ ਦਾ ਪਾਈਪ ਪਾਉਣਾ ਹੈ, ਕਦੇ ਇਸ ਤਰੀਕੇ ਆ ਪਾਣੀ ਦੀ ਜਿਹੜੀ ਹੈ ਨਿਕਾਸੀ ਕਰਨੀ ਹੈ, ਅਤੇ ਵਾਰ ਵਾਰ ਇਹ ਚੀਜ਼ ਜਿਹੜੀ ਹੈ ਇੱਥੇ ਪੱਟ ਪਟਾਈ ਕੀਤੀ ਜਾ ਰਹੀ, ਜਿਹਦੀ ਵਜ੍ਹਾ ਕਰਕੇ ਵੱਡੀ ਪਰੇਸ਼ਾਨੀ ਇਹ ਹੈ ਕਿ ਉਹਨਾਂ ਦਾ ਕਾਰੋਬਾਰ ਬੜੇ ਵੱਡੇ ਪੱਧਰ ਦੇ ਉੱਤੇ ਪ੍ਰਭਾਵਿਤ ਹੋ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਕਈ ਵਾਰ ਤਾਂ 3-3 ਮਹੀਨੇ ਵੀ ਕੰਮ ਜਿਹੜਾ ਹੈ ਉਹਨਾਂ ਦਾ ਬੰਦ ਰਿਹਾ ਹੈ। ਹਰਮਨਜੀਤ ਸਿੰਘ ਭਾਈ, ਬੜਾ ਥੋੜ੍ਹਾ ਸਾਨੂੰ ਦੱਸੋ ਕਿ ਕਦੋਂ ਤੋਂ ਇਹ ਦਿੱਕਤ ਹੈ, ਕਿੰਨਾ ਟਾਈਮ ਹੋ ਗਿਆ, ਅਤੇ ਜਾਮ ਨੂੰ ਲੈ ਕੇ ਕੋਈ ਫਰਕ ਆਇਆ ਪਹਿਲਾਂ ਨਾਲੋਂ? 2016 ਤੋਂ ਮਤਲਬ ਕਿ ਕੰਸਟਰਕਸ਼ਨ ਚੱਲ ਰਹੀ ਹੈ ਇਹਦੀ, ਅਤੇ ਰੈਗੂਲਰ ਇਹ ਮਤਲਬ ਕਿ ਹੈ ਥੋੜ੍ਹਾ ਜਿਹਾ, ਜਿਸ ਤਰ੍ਹਾਂ ਜਾਮ ਦੀ ਜਿਹੜੀ ਪ੍ਰੋਬਲਮ ਹੈਗੀ ਉਹ ਤੋਂ
ਧੂੜ ਮਿੱਟੀ ਪੈਦਾ ਹੁੰਦੀ ਹੈ ਓਹਦੀ ਵਜ੍ਹਾ ਕਰਕੇ ਕੋਈ ਪਰੇਸ਼ਾਨੀ? ਧੂੜ ਮਿੱਟੀ ਦੀ ਵਜ੍ਹਾ ਕਰਕੇ ਤਾਂ ਬਹੁਤ ਲੋਕ ਬਿਮਾਰ ਹੋ ਰਹੇ ਆ। ਟ੍ਰੈਫਿਕ ਲੋਕ ਪਰੇਸ਼ਾਨ ਨੇ, ਧੂੜ ਮਿੱਟੀ ਕਰਕੇ ਵੀ ਪਰੇਸ਼ਾਨ ਨੇ, ਤੇ ਇਹ ਜਿਹੜੀ ਡੈਡਲਾਈਨ ਹੈ ਵੀ ਖਾਸ ਗੱਲ ਹੈ ਕਿ ਇਸ ਫਲਾਈਓਵਰ ਨੂੰ ਪੂਰੀ ਕਰਨ ਦੀ ਜੋ ਡੈਡਲਾਈਨ ਸੀ ਉਹ ਵੀ ਖਤਮ ਹੋ ਚੁੱਕੀ ਹੈ। ਜਿੱਥੇ ਇੱਥੋਂ ਖਰੜ ਦੇ ਵਿੱਚ ਅਸੀਂ ਮੌਜੂਦ ਸੀ ਲੋਕਾਂ ਨਾਲ ਗੱਲ ਕੀਤੀ ਹੈ, ਉੱਥੇ ਬਹੁਤ ਸਾਰੇ ਰਾਹਗੀਰ ਜਿਹੜੇ ਨੇ ਜਿਹਨਾਂ ਨੂੰ ਕਿ ਦਿੱਕਤ ਪੇਸ਼ ਆ ਰਹੀ ਹੈ ਵਾਰ ਵਾਰ, ਜੋ ਆਉਂਦੇ ਰਹਿੰਦੇ ਨੇ ਚੰਡੀਗੜ੍ਹ ਮੋਹਾਲੀ ਦੇ ਖੇਤਰ ਦੇ ਵਿੱਚ, ਉਹ ਵੀ ਸਾਡੇ ਨਾਲ ਮੌਜੂਦ ਨੇ। ਭਾਅ ਜੀ ਕੀ ਨਾਂ ਤੁਹਾਡਾ? ਦਵਿੰਦਰ ਸਿੰਘ ਗਰੇਵਾਲ ਜੀ। ਜੀ ਬਾਬਾ ਬੰਦਾ ਸਿੰਘ ਬਹਾਦਰ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਦਾ ਪ੍ਰੈਜ਼ੀਡੈਂਟ ਹੈ ਜੀ। ਤੁਸੀਂ ਇੱਥੇ ਕਿੱਥੋਂ ਆ ਰਹੇ ਹੋ ਇਸ ਟਾਈਮ? ਅਸੀਂ ਇਸ ਟਾਈਮ ਖਮਾਣੋ ਤੋਂ ਆ ਰਹੇ ਹਾਂ ਜੀ ਚੰਡੀਗੜ੍ਹ। ਇਹ ਦੱਸੋ ਕਿ ਇੱਥੇ ਜਦੋਂ ਤੁਸੀਂ ਐਂਟਰ ਕੀਤੇ ਖਰੜ ਦੇ ਵਿੱਚ, ਕੀ ਕੁਝ ਮੁਸ਼ਕਲ ਤੁਹਾਨੂੰ ਹੁਣ ਤੱਕ ਪੇਸ਼ ਆਈ ਹੈ ਤੇ ਕਿੰਨਾ ਕੁ ਟਾਈਮ ਲੱਗ ਗਿਆ ਥੋੜਾ ਸਫ਼ਰ ਤੈਅ ਕਰਨ? ਇੱਥੇ ਅਸੀਂ ਅਕਸਰੇ ਆਉਂਦੇ ਹਾਂ ਜੀ, ਲਗਭਗ 32 ਦੇ ਵਿੱਚ ਅਸੀਂ PGI ਦੇ ਵਿੱਚ ਮਰੀਜ਼ ਲੈ ਕੇ ਆਉਂਦੇ ਹਾਂ। ਸਾਨੂੰ ਰੋਜ਼ਾਨਾ ਇੱਥੇ 2-2 ਘੰਟੇ ਜਾਮ ਦੇ ਵਿੱਚ ਖੜਨਾ ਪੈਂਦਾ ਜੀ, ਬਹੁਤ ਪਰੇਸ਼ਾਨੀ ਆਉਂਦੀ ਹੈ। ਜੇ ਫਲਾਈਓਵਰ ਛੇਤੀ ਤਿਆਰ ਹੋ ਜਾਵੇ ਤਾਂ ਲੋਕਾਂ ਨੂੰ ਇਹ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਲੱਗਦਾ ਕਿ ਅਕਸਰ ਜਿਹੜਾ ਜਾਮ ਲੱਗਿਆ ਹੀ ਹੁੰਦਾ ਹੈ? ਅਕਸਰ ਜਾਮ ਮਿਲਦਾ ਜੀ ਇਹ। ਤੁਹਾਨੂੰ ਲੱਗਦਾ ਕਿ ਇਹਦੀ ਵਜ੍ਹਾ ਕਰਕੇ ਇੱਕ ਤਾਂ ਜਿਹੜੇ ਦੁਕਾਨਦਾਰ ਹੈ ਉਹ ਵੀ ਪਰੇਸ਼ਾਨ ਨੇ, ਉੱਤੇ ਹੀ ਟ੍ਰੈਫਿਕ ਦੀ ਸਮੱਸਿਆ ਕਰਕੇ ਜਿਹੜੇ ਐਕਸੀਡੈਂਟ ਵਗੈਰਾ ਨੇ ਉਹਦੀ ਵੀ ਦਿੱਕਤ? ਬਹੁਤ ਹਾਦਸੇ ਵਾਪਰਦੇ ਆ ਜੀ ਇੱਥੇ ਇਸ ਦੀ ਵਜ੍ਹਾ ਨਾਲ। ਆਲੇ ਦੁਆਲੇ ਦੁਕਾਨਦਾਰਾਂ ਨੂੰ ਪਰੇਸ਼ਾਨੀ ਆਉਂਦੀ ਹੈ, ਬਿਲਕੁਲ ਦਿੱਕਤ ਆਉਂਦੀ ਹੈ ਜਦੋਂ ਜਾਮ ਲੱਗਿਆ ਰਹਿੰਦਾ, ਇੱਥੇ ਕੋਈ ਖੜਦਾ ਨਹੀਂ ਇਹਨਾਂ ਦੀ ਦੁਕਾਨ ਤੇ। ਮੈਨੂੰ ਲੱਗਦਾ ਕਿ ਛੇਤੀ ਇਹ ਚੀਜ਼ ਕੰਪਲੀਟ ਹੋਣੀ ਚਾਹੀਦੀ ਹੈ, ਲੋਕਾਂ ਦੀ ਦਿੱਕਤ ਖਤਮ ਹੋਵੇ। ਜੀ ਜੀ ਬਿਲਕੁਲ, ਇਹ ਤਾਂ ਬਹੁਤ ਜਲਦ ਸਰਕਾਰ ਨੂੰ ਤਿਆਰ ਕਰਨਾ ਚਾਹੀਦਾ, ਚੱਲਦਾ ਕਰਨਾ ਚਾਹੀਦਾ ਫਲਾਈਓਵਰ, ਨਹੀਂ ਤਾਂ ਇੱਥੇ ਬਹੁਤ ਪਰੇਸ਼ਾਨੀ ਹੈ ਜੀ ਉੱਪਰ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਭਾਈ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਭਾਅ ਜੀ ਉਹਨੀ ਖਮਾਣੋ ਤੋਂ ਆਏ ਨੇ, ਅਕਸਰ ਉਹ ਆਉਂਦੇ ਰਹਿੰਦੇ ਨੇ ਇਸ ਏਰੀਆ ਦੇ ਵਿੱਚ ਚੰਡੀਗੜ੍ਹ ਮੋਹਾਲੀ ਦੇ ਏਰੀਆ ਵਿੱਚ, ਉਹ ਕਹਿੰਦੇ ਅਸੀਂ ਆਉਂਦੇ ਨੇ, ਪਰ ਅਕਸਰ ਹੀ ਇਸ ਤਰੀਕੇ ਦਾ ਜਾਮ ਜਿਹੜਾ ਹੈ ਲੰਮਾ ਜਾਮ ਉਹਨਾਂ ਨੂੰ ਵੇਖਣਾ ਪੈਂਦਾ, ਜਿਹਦੀ ਵਜ੍ਹਾ ਕਰਕੇ ਸਮੇਂ ਦੀ ਬਹੁਤ ਬਰਬਾਦੀ ਹੁੰਦੀ ਹੈ। ਛੋਟੇ ਜਿਹੇ ਬ੍ਰੇਕ ਲਈ ਰੁਕਾਂਗੇ, ਪੰਜਾਬ ਬੋਲਦਾ ਅੱਗੇ ਲਗਾਤਾਰ ਜਾਰੀ ਰੱਖਾਂਗੇ। ਪੰਜਾਬ ਬੋਲਦਾ ਤੁਹਾਡਾ ਸਵਾਗਤ ਹੈ ਜੀ। ਖਰੜ ਦੇ ਵਿੱਚ ਅਸੀਂ ਮੌਜੂਦ ਹਾਂ, ਲੰਮੇ ਲੰਮੇ ਜਾਮ ਇੱਥੇ ਲੱਗਦੇ ਨੇ, ਬਹੁਤ ਸਾਰੇ ਲੋਕ ਨੇ ਜਿਹੜੇ ਪਰੇਸ਼ਾਨ ਹੋ ਰਹੇ ਨੇ ਜਾਮ ਦੇ ਵਿੱਚ। ਭਾਅ ਜੀ ਕੀ ਕਹਿਣਾ ਚਾਹੋਗੇ, ਕਿੰਨੀ ਦੇਰ ਤੋਂ ਫਸੇ ਹੋ? ਭਾਈ ਜੀ 1.5-2 ਘੰਟੇ ਹੋ ਗਏ ਫਸਿਆਂ ਨੂੰ, ਬਹੁਤ ਬੁਰਾ ਹਾਲ ਹੈ, ਜ਼ਰੂਰੀ ਕੰਮ ਆ, ਕਿਆ ਕੋਈ ਲੈਣ ਦੇਣ ਨਹੀਂ, ਸਰਕਾਰ ਤੋਂ ਦੁਖੀ ਹੋਏ ਪਏ ਅਸੀਂ। ਤੁਹਾਨੂੰ ਪਤਾ ਕੋਈ ਇੱਥੇ ਟ੍ਰੈਫਿਕ ਵਾਲਾ ਹੈ ਨਹੀਂ? ਕੋਈ ਤੁਹਾਨੂੰ ਨਹੀਂ ਹੈਗਾ ਜੀ, ਕੋਈ ਨਹੀਂ ਸਾਰ ਲੈਂਦਾ ਉਰੇ, ਸਭ ਆਪ ਗੱਡੀਆਂ ਇੱਕ ਦੂਏ ਠੋਕੀ ਜਾਂਦੇ ਨੇ, ਬੁਰਾ ਹਾਲ ਹੋਇਆ ਪਿਆ ਜੀ। ਅਕਸਰ ਜਾਮ ਲੱਗਦਾ? ਹਾਂਜੀ ਹਾਂ, ਰੋਜ਼ ਡੇਲੀ। ਠੀਕ ਹੈ ਭਾਈ, ਬਹੁਤ ਬਹੁਤ ਤੇ ਤੁਸੀਂ ਦੇਖ ਸਕਦੇ ਹੋ ਲੋਕ ਬੜੇ ਪਰੇਸ਼ਾਨ ਨੇ। ਭਾਵੀ ਦੱਸੋ ਕੀ ਹਾਲ ਆ ਉਰੇ ਟ੍ਰੈਫਿਕ ਦਾ? ਬੁਰਾ ਹਾਲ ਆ ਭਾਜੀ, ਬਹੁਤ ਬੁਰਾ ਹਾਲ ਆ ਉਰੇ ਦਾ, ਬਹੁਤ ਜ਼ਿਆਦਾ ਬੁਰਾ। ਤੇ ਤਸਵੀਰਾਂ ਤੁਸੀਂ ਵੇਖ ਸਕਦੇ ਜੀ, ਲੋਕ ਬੜੇ ਪਰੇਸ਼ਾਨ ਹੋ ਰਹੇ ਨੇ। ਆ ਜਾਮ ਤੁਸੀਂ ਵੇਖ ਸਕਦੇ ਹੋ, ਖਰੜ ਦੇ ਵਿੱਚ ਅਕਸਰ ਇਹ ਜਾਮ ਜਿਹੜਾ ਹੈ ਇਸ ਤਰੀਕੇ ਲੱਗਦਾ ਹੈ। ਤੇ ਭਾਈ ਭਾਈ ਦੱਸੋ ਕੀ ਦਿੱਕਤ ਆ, ਕੀ ਕਦੋਂ? ਭਾਈ ਆ ਰੋਡ ਸਿੰਗਲ ਕਰਨ ਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਜਾਮ ਲੱਗ ਰਿਹਾ, ਸਾਨੂੰ ਬਹੁਤ ਪਰੇਸ਼ਾਨੀ ਉਠਾਉਣੀ ਪੈ ਰਹੀ ਆ। ਅਕਸਰ ਲੱਗਦਾ ਜਾਮ? ਨਹੀਂ ਭਾਈ, ਇਹ ਤਾਂ ਕਰਕੇ ਲੱਗਿਆ ਉਹਨਾਂ ਨੇ ਰੋਡ ਸਿੰਗਲ ਕਰਤਾ ਇਸ ਵਜ੍ਹਾ ਨਾਲ। ਟ੍ਰੈਫਿਕ ਪੁਲਿਸ ਵਾਲਾ ਨਜ਼ਰ ਆਉਂਦਾ ਕੋਈ? ਟ੍ਰੈਫਿਕ ਪੁਲਿਸ ਵਾਲਾ ਭਾਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਭਾਜੀ ਕਿੰਨੀ ਦੇਰ ਤੋਂ ਫਸੇ ਹੋ ਜਾਮ ਚ? ਭਾਈ ਜੀ ਬਾਈਪਾਸ ਕੱਢਣਾ ਚਾਹੀਦਾ ਇਹਨਾਂ ਨੂੰ, ਬਹੁਤ ਬੁਰਾ ਹਾਲ ਹੈ ਪਬਲਿਕ ਦਾ। ਕਿੰਨੀ ਦੇਰ ਤੋਂ ਫਸੇ ਹੋ? ਸਾਨੂੰ 20 ਮਿੰਟ ਹੋ ਗਏ ਜੀ। ਤੁਹਾਨੂੰ ਪਤਾ ਕੋਈ ਟ੍ਰੈਫਿਕ ਵਾਲਾ ਵੀ ਹੈ ਨਹੀਂ ਅੱਗੇ ਪਿੱਛੇ? ਨਹੀਂ, ਕੋਈ ਕਾਨੂੰਨ ਨਾਂ ਦੀ ਚੀਜ਼ ਨਹੀਂ ਹੈ ਜੀ। ਹਾਂ, ਬਹੁਤ ਹਰਾਸਮੈਂਟ ਹੋ ਰਹੀ ਪਬਲਿਕ, ਕੋਈ ਬਿਮਾਰ ਹੈ, ਕੋਈ ਕਿਸੇ ਦੇ ਨਿਆਣੇ ਦੇ ਬੱਚੇ ਦਾ ਪੇਪਰ ਹੋ ਰਿਹਾ, ਕੋਈ ਨਹੀਂ। ਬਿਲਕੁਲ ਜੀ, ਕੋਈ ਸੁਣਵਾਈ ਹੈ ਨਹੀਂ ਤੇ ਸੁਣਨ ਵਾਲਾ ਕੋਈ ਹੈ ਨਹੀਂ। ਬੜੀ ਲੰਮੀ ਦੇਰ ਤੋਂ ਲੋਕ ਜਾਮ ਦੇ ਵਿੱਚ ਫਸੇ ਹੋਏ ਨੇ। ਵੱਡੀ ਗੱਲ ਇਹ ਹੈ, ਲੋਕ ਕਹਿ ਰਹੇ ਨੇ ਕਿ ਜਿਹੜੀ ਹੈ ਵੀ ਕੋਈ ਬਿਮਾਰ ਹੋ ਸਕਦਾ ਹੈ। ਭਾਅ ਜੀ ਕੀ ਕਹੋਗੇ, ਕਿੰਨੀ ਦੇਰ ਤੋਂ ਫਸੇ ਹੋ ਜਾਮ ਚ? ਕਮ ਸੇ ਕਮ 2 ਘੰਟਾ ਹੋ ਗਿਆ ਜੀ। ਅਕਸਰ ਦਿੱਕਤ ਹੁੰਦੀ ਹੈ? ਅਕਸਰ ਐਸੇ ਜਾਮ ਲੱਗਦਾ ਹੈ। ਤੁਸੀਂ ਦੇਖ ਸਕਦੇ ਹੋ ਅਕਸਰ ਇਹ ਜਾਮ ਜਿਹੜਾ ਇੱਥੇ ਇਸ ਤਰੀਕੇ ਲੱਗਿਆ ਰਹਿੰਦਾ ਹੈ ਤੇ ਲੋਕ ਜਿਹੜੇ ਬੜੇ ਪਰੇਸ਼ਾਨ ਹੁੰਦੇ ਆ। ਭਾਜੀ ਭਾਜੀ ਕਿੰਨੀ ਦੇਰ ਤੋਂ ਫਸੇ ਹੋ ਜਾਮ ਚ, ਕੀ ਦਿੱਕਤ ਹੈ? 1-2 ਘੰਟੇ ਹੋ ਗਏ, ਉਹ ਪਿੱਛੇ ਦੇ ਖੜੇ ਆ ਯਾਰ। ਅੱਛਾ, ਕੋਈ ਟ੍ਰੈਫਿਕ ਵਾਲਾ ਨਜ਼ਰ ਆਇਆ?
ਕੋਈ ਨਹੀਂ ਆਉਂਦਾ ਯਾਰ ਨਜ਼ਰ ਨੁਜ਼ਰ ਕਿੱਥੇ ਆਵੇ ਘਰ ਦੀ ਪੈ ਜਾਂਦਾ ਮੈਂ ਕਹਿੰਦੇ ਇੱਧਰ ਅਕਸਰ ਅਕਸਰ ਲੱਗਦਾ ਜਾਮ ਐਵੇਂ ਡੇਲੀ ਬਾਈ ਡੇਲੀ ਡੇਲੀ ਦਾ ਕੰਮ ਹਾਂ ਹਾਂ ਡੇਲੀ ਦਾ ਕੰਮ ਹੈ ਜੀ ਰੋਜ਼ਾਨਾ ਜਿਹੜਾ ਇਹ ਜਾਮ ਇਸੇ ਤਰੀਕੇ ਲੱਗ ਰਿਹਾ ਹੈ ਲੋਕ ਪਰੇਸ਼ਾਨ ਨੇ ਜਿਸ ਦੀ ਵਜ੍ਹਾ ਕਰਕੇ ਲੋਕਾਂ ਨੇ ਵੀ ਕਹਿਣਾ ਕਈ ਵਾਰ ਕੋਈ ਬਿਮਾਰ ਹੁੰਦਾ ਹੈ ਕੋਈ ਪਰੇਸ਼ਾਨ ਹੁੰਦਾ ਹੈ ਅਤੇ ਉਸ ਦੀ ਵਜ੍ਹਾ ਕਰਕੇ ਬਹੁਤ ਬੁਰਾ ਹਾਲ ਹੈ ਜੀ ਦੱਸੋ ਕੀ ਕਹਿਣਾ ਚਾਹੋਗੇ ਦੱਸੋ ਮੈਡਮ ਹੋਰ ਬਹੁਤ ਪਰੇਸ਼ਾਨ ਹੈ ਜੀ ਬਹੁਤ ਪਰੇਸ਼ਾਨ ਆ ਲੋਕ ਤੁਸੀਂ ਦੇਖ ਸਕਦੇ ਜੀ ਟ੍ਰੈਫਿਕ ਦੀ ਵਜ੍ਹਾ ਕਰਕੇ ਦੇਖ ਕੇ ਲੰਮਾ ਜਾਮ ਜਿਹੜਾ ਇੱਥੇ ਲੱਗਿਆ ਹੋਇਆ ਅਤੇ ਲੋਕਾਂ ਦਾ ਕਹਿਣਾ ਹੈ ਕਿ ਅਕਸਰ ਜਾਮ ਜਿਹੜਾ ਇਹ ਇਸੇ ਤਰੀਕੇ ਲੱਗਿਆ ਹੁੰਦਾ ਵੱਡੀ ਦਿੱਕਤ ਬਾਬਾ ਜੀ ਬੜਾ ਦੱਸੋ ਜਾਮ ਲੱਗਦਾ ਉਰੇ ਰੋਜ਼ ਕਿੰਨੀ ਕੁ ਦਿੱਕਤ ਹੁੰਦੀ ਹੈ ਲੋਕਾਂ ਨੂੰ ਬਹੁਤ ਤਕਲੀਫ ਆਉਂਦੀ ਹੈ ਜੀ ਰੋਜ਼ ਰੋਜ਼ ਦਾ ਕੰਮ ਹੈ ਜਾਮ ਦਾ ਰੋਜ਼ ਤਾਂ ਹੋ ਗਿਆ ਜੀ ਤਿੰਨ ਚਾਰ ਦਿਨ ਹੋ ਗਏ ਜਾਮ ਜਦੋਂ ਇਕੱਲੀ ਸੜਕ ਜੀ ਕੱਟੀ ਹੈ ਜਦ ਤੇ ਆਹ ਜਾਮ ਜ਼ਿਆਦਾ ਲੱਗਣ ਲੱਗ ਗਿਆ ਅੱਛਾ ਇੱਥੇ ਕੋਈ ਟ੍ਰੈਫਿਕ ਵਾਲਾ ਨਜ਼ਰ ਆਉਂਦਾ ਕਦੇ ਕੋਈ ਖੜਾ ਹੁੰਦਾ ਕੋਈ ਨਹੀਂ ਮੈਂ ਤਾਂ ਦੇਖਿਆ ਨਹੀਂ ਕੋਈ ਨਜ਼ਰ ਨਹੀਂ ਟ੍ਰੈਫਿਕ ਨਹੀਂ ਵੱਡੀ ਗੱਲ ਹੈ ਜੀ ਟ੍ਰੈਫਿਕ ਵਾਲਾ ਕੋਈ ਇੱਥੇ ਕਿਤੇ ਤੁਹਾਨੂੰ ਮੌਜੂਦ ਨਹੀਂ ਆਊਗਾ ਨਜ਼ਰ ਨਹੀਂ ਆਊਗਾ ਕਿ ਟ੍ਰੈਫਿਕ ਵਾਲੇ ਲੋਕ ਇੱਥੇ ਖੜੇ ਨੇ ਲੋਕਾਂ ਨੂੰ ਪੁੱਛ ਰਹੇ ਨੇ ਆਹ ਲੰਮੀ ਕਤਾਰ ਤੁਸੀਂ ਦੇਖ ਸਕਦੇ ਹੋ ਕਿਲੋਮੀਟਰ ਕਰੀਬ 1 ਕਿਲੋਮੀਟਰ ਤੋਂ ਵੀ ਵਧੇਰੇ ਲੰਬੀ ਲਾਈਨ ਹੈ ਇਹ ਅਤੇ ਜਿਹਦੇ ਵਿੱਚ ਲੋਕ ਜਿਹੜੇ ਨੇ ਕਾਫੀ ਦੇਰ ਤੋਂ ਫਸੇ ਹੋਏ ਨੇ ਕੋਈ ਸੁਣਨ ਵਾਲਾ ਨਹੀਂ ਕੋਈ ਸੁਣਵਾਈ ਨਹੀਂ ਹੋ ਰਹੀ ਲੋਕਾਂ ਦੀ ਇੱਥੇ ਸਰ ਕੀ ਕਹੋਗੇ ਜੀ ਲੋਕਾਂ ਦੀ ਬੜੀ ਦਿੱਕਤ ਲੋਕਾਂ ਨੂੰ ਪੇਸ਼ ਆ ਰਹੀ ਹੈ ਜੀ ਇੱਥੇ ਪਰ ਕੀ ਕਹੋਗੇ ਕਿੰਨੀ ਦੇਰ ਤੋਂ ਫਸੇ ਹੋ ਜਾਮ ਬਾਈ ਇਹ ਤਾਂ ਹੁਣ ਕੀ ਕਹਿਣਾ ਤੁਸੀਂ ਦੇਖ ਹੀ ਲਓ ਬਾਲੇ ਤੰਗ ਹੋ ਰਹੇ ਆ ਅੱਛਾ ਰੋਜ਼ ਰੋਜ਼ ਦਾ ਕੰਮ ਹੈ ਰੋਜ਼ ਲਾਦਾ ਰੋਜ਼ ਦਾ ਕੰਮ ਹੈ ਬਾਈ ਰੋਜ਼ ਦਾ ਹੀ ਰੋਜ਼ ਦਾ ਕੰਮ ਹੈ ਤੇ ਲੋਕ ਪਰੇਸ਼ਾਨ ਹੈ ਜੀ ਤੁਸੀਂ ਲੋਕਾਂ ਨੂੰ ਸੁਣਿਆ ਕਿ ਕਿਸ ਤਰੀਕੇ ਨਾਲ ਰੋਜ਼ ਜਾਮ ਜਿਹੜਾ ਇਸੇ ਤਰੀਕੇ ਲੱਗਿਆ ਹੁੰਦਾ ਬੇਬੇ ਤੁਸੀਂ ਇੱਥੇ ਰਹਿੰਦੇ ਹੋ ਇੱਥੇ ਰਹਿੰਦੇ ਹੋ ਤੇ ਜਾਮ ਤੁਸੀਂ ਵੇਖ ਸਕਦੇ ਹੋ ਜੀ ਕਿ ਲੰਬਾ ਲੱਗਿਆ ਹੋਇਆ ਇਸ ਵੇਲੇ ਤੇ ਉਹ ਲੰਬੀ ਕਤਾਰ ਲੱਗੀ ਹੋਈ ਹੈ ਇਸ ਵੇਲੇ ਲੋਕ ਕਹਿ ਰਹੇ ਨੇ ਕਿ ਕੋਈ ਵੀ ਸੁਣਵਾਈ ਵਾਲਾ ਹੈ ਨਹੀਂ ਤੇ ਕੋਈ ਟ੍ਰੈਫਿਕ ਪੁਲਿਸ ਦਾ ਕੋਈ ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਹੈ ਨਹੀਂ ਪਰ ਜੀ ਕੀ ਕਹਿਣਾ ਚਾਹੋਗੇ ਜੀ ਜਾਮ ਲੱਗਿਆ ਹੋਇਆ ਬਹੁਤ ਜ਼ਿਆਦਾ ਗੌਰਮੈਂਟ ਕੁਛ ਨਹੀਂ ਕਰ ਰਹੀ ਇਹਦੇ ਉੱਪਰ ਕੋਈ ਟ੍ਰੈਫਿਕ ਵਾਲਾ ਨਜ਼ਰ ਆਇਆ ਕੋਈ ਨਹੀਂ ਕੋਈ ਨਜ਼ਰ ਨਹੀਂ ਆਇਆ 3 ਸਾਲ ਤੋਂ ਇਦਾਂ ਦਾ ਇਦਾਂ ਹੀ ਹੈ ਔਰ ਅਗਲੇ 3 ਸਾਲ ਵੀ ਪੂਰਾ ਨਹੀਂ ਹੋਣਾ ਹੈ 3 ਸਾਲ ਹੋ ਚੁੱਕੇ ਨੇ ਜੀ 3 ਸਾਲਾਂ ਦੇ ਵਿੱਚ ਕੋਈ ਸੁਣਵਾਈ ਇੱਥੇ ਹੈ ਨਹੀਂ ਕੋਈ ਸੁਣਨ ਵਾਲਾ ਨਹੀਂ ਗੱਲ ਪਰ ਜੀ ਕਿੰਨੀ ਕੁ ਮੁਸ਼ਕਲ ਪੇਸ਼ ਆ ਰਹੀ ਹੈ ਜੀ ਬਹੁਤ ਜ਼ਿਆਦਾ ਜੀ ਬਹੁਤ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਫਸੇ ਹੋਏ ਨੂੰ ਇਹ 1.5 ਘੰਟਾ ਹੋ ਗਿਆ ਜੀ ਸਾਨੂੰ ਕੋਈ ਟ੍ਰੈਫਿਕ ਵਾਲਾ ਨਜ਼ਰ ਆਇਆ ਕੋਈ ਟ੍ਰੈਫਿਕ ਵਾਲਾ ਨਜ਼ਰ ਨਹੀਂ ਆਇਆ ਕੋਈ ਇੱਥੇ ਜਿਹੜਾ ਇਹ ਰੂਲ ਰੈਗੂਲੇਸ਼ਨ ਨਜ਼ਰ ਨਹੀਂ ਆ ਰਿਹਾ ਲੋਕਾਂ ਦਾ ਕਹਿਣਾ ਹੈ ਬੜੀ ਲੰਮੀ ਲੰਮੀ ਦੇਰ ਤੋਂ ਫਸੇ ਹੋਏ ਨੇ ਕਈ ਲੋਕ 1-1 ਘੰਟੇ ਤੋਂ ਇੰਤਜ਼ਾਰ ਕਰ ਰਹੇ ਨੇ ਇਸ ਟ੍ਰੈਫਿਕ ਦੇ ਵਿੱਚ ਸੋ ਦਿੱਕਤ ਇਹੀ ਹੈ ਕਿ ਕੋਈ ਸੁਣਵਾਈ ਕਰਨ ਵਾਲਾ ਹੈ ਨਹੀਂ ਕਾਫੀ ਸਮੇਂ ਤੋਂ ਇਹ ਫਲਾਈਓਵਰ ਬਣ ਰਿਹਾ ਹੈ ਜਦੋਂ ਤੋਂ ਇਹ ਬਣ ਰਿਹਾ ਉਸ ਤੋਂ ਬਾਅਦ ਲੋਕਾਂ ਨੂੰ ਇਹ ਮੁਸ਼ਕਲ ਪੇਸ਼ ਆ ਰਹੀ ਹੈ ਵੱਡੀ ਗੱਲ ਇਹ ਹੈ ਕਿ ਇਸ ਨੂੰ ਹੱਲ ਕਰਨ ਵਾਲਾ ਕੋਈ ਨਜ਼ਰ ਨਹੀਂ ਆਉਂਦਾ ਟ੍ਰੈਫਿਕ ਪੁਲਿਸ ਵਾਲੇ ਕੰਮ ਜ਼ਰੂਰ ਕਰ ਰਹੇ ਨੇ ਘੱਟ ਨੇ ਮੁਲਾਜ਼ਮ ਅੱਗੇ ਬੱਸ ਸਟੈਂਡ ਖਰੜ ਦਾ ਉੱਥੇ ਕਾਫੀ ਗਿਣਤੀ ਦੇ ਵਿੱਚ ਮੌਜੂਦ ਹੁੰਦੇ ਨੇ ਪਰ ਵਿਚਾਲੇ ਜਿਹੜੇ ਟ੍ਰੈਫਿਕ ਰੂਟ ਨੇ ਜਾਂ ਕੱਟ ਬਣੇ ਹੋਏ ਨੇ ਇੱਕ ਦੂਜੀ ਸਾਈਡ ਨੂੰ ਜੋੜਦੇ ਨੇ ਉੱਥੇ ਕੋਈ ਟ੍ਰੈਫਿਕ ਵਾਲਾ ਨਜ਼ਰ ਨਹੀਂ ਆਉਂਦਾ ਕੁਝ ਹੋਰ ਲੋਕਾਂ ਨਾਲ ਗੱਲ ਕਰਾਂਗੇ ਪੰਜਾਬ ਬੋਲਦਾ ਲਗਾਤਾਰ ਜਾਰੀ ਰਹੇਗਾ ਤੇ ਖਰੜ ਦੇ ਕੋਲ ਅਸੀਂ ਮੌਜੂਦ ਆ ਜੀ ਫਲਾਈ ਓਵਰ ਵਜ੍ਹਾ ਕਰਕੇ ਲੋਕ ਬੜੇ ਪਰੇਸ਼ਾਨ ਨੇ ਇੱਕ ਭਾਜੀ ਇੱਥੇ ਮੌਜੂਦ ਨੇ ਭਾਜੀ ਕੀ ਦਿੱਕਤ ਆਈ ਨਾਲ ਮਰੀਜ਼ ਆ ਜੀ ਮੇਰੇ ਹਾਂ ਠੀਕ ਹੈ ਜੀ ਮੈਂ 1/2 ਘੰਟਾ ਹੋ ਗਿਆ ਇੱਥੇ ਖੜਨ ਨੂੰ ਰਿਸਪੈਕਟ ਕਰਕੇ ਫੋਨ ਲੱਗਿਆ ਸੀ ਗੱਡੀ ਹੁਣ ਪਿੱਛੋਂ 1/2 ਘੰਟਾ ਦਾ ਖੜਾ ਹੋਇਆ ਪਿੱਛੇ ਕੋਈ ਤੁਹਾਨੂੰ ਮੁਲਾਜ਼ਮ ਨਜ਼ਰ ਆਇਆ ਕੋਈ ਜਿਸਨੇ ਤੁਹਾਡੀ ਕੋਈ ਗੱਲ ਸੁਣੀ ਹੋਵੇ ਕੋਈ ਕਿਸੇ ਨੇ ਮੈਨੂੰ ਕੋਈ ਮੁਲਾਜ਼ਮ ਨਹੀਂ ਨਜ਼ਰ ਆਇਆ ਪਿੱਛੇ ਕੋਈ ਪੁਲਿਸ ਵਾਲਾ ਨੀਗਾ ਠੀਕ ਹੈ ਲੋਕਾਂ ਨੂੰ ਬਹੁਤ ਦਿੱਕਤ ਆ ਰਹੀ ਹੈ ਅੱਛਾ ਬਜ਼ੁਰਗ ਨੇ ਨਾਲ ਮਰੀਜ਼ ਨੇ ਮਤਲਬ ਹੈ ਨਾ ਤੁਸੀਂ ਲੈ ਕੇ ਜਾਣਾ ਚਾਹੁੰਦੇ ਹੋ ਤੇ ਟ੍ਰੈਫਿਕ ਕਿੰਨੇ ਟਾਈਮ ਤੋਂ ਫਸੇ ਹੋਏ ਆ ਮੈਨੂੰ 1.5 ਘੰਟਾ ਹੋ ਗਿਆ ਵੀਰੇ 1.5 ਘੰਟਾ ਹਾਂਜੀ ਹਾਂਜੀ ਤੇ ਤੁਸੀਂ ਵੇਖ ਸਕਦੇ ਹੋ ਜੀ 1.5 ਘੰਟਾ ਹੋ ਗਿਆ ਕਈ ਸਾਨੂੰ ਇਸ ਤਰੀਕੇ ਦੇ ਜਿਹੜੇ ਮੁਸਾਫਰ ਮਿਲੇ ਆ ਬਜ਼ੁਰਗ ਜਿਨ੍ਹਾਂ ਦੇ ਨਾਲ ਮੌਜੂਦ ਸੀਗੇ ਉਹਦੀ ਵਜ੍ਹਾ ਕਰਕੇ ਉਹ ਖਾਸ ਤੌਰ ਤੇ ਪਰੇਸ਼ਾਨ ਨੇ ਕਿ ਬਜ਼ੁਰਗਾਂ ਨੂੰ ਲੈ ਕੇ ਜਾਣਾ ਹੈ ਕਿਤੇ ਦਵਾਈ ਦਵਾਉਣੀ ਹੈ ਤਾਂ ਕੋਈ ਪੁੱਛਣ ਵਾਲਾ ਹੈ ਨਹੀਂ ਉੱਥੇ ਪਿੱਛੇ 4 ਘੰਟੇ ਅਸੀਂ ਤੁਹਾਨੂੰ ਦਿਖਾਏ ਨੇ ਉਹਨਾਂ 4 ਘੰਟਿਆਂ ਦੇ ਉੱਤੇ ਕੋਈ ਸਾਨੂੰ ਉੱਥੇ ਮੁਲਾਜ਼ਮ ਨਜ਼ਰ ਨਹੀਂ ਆਏ ਪਰ ਫਿਲਹਾਲ ਇੱਥੇ ਅਸੀਂ ਬੱਸ ਸਟੈਂਡ ਦੇ ਨਜ਼ਦੀਕ ਪਹੁੰਚੇ ਹਾਂ ਤਾਂ ਕੁਝ ਮੁਲਾਜ਼ਮ ਇੱਥੇ ਮੌਜੂਦ ਨੇ ਜੋ ਕਿ ਵੇਖ ਵੀ ਰਹੇ ਨੇ ਸਰ ਮਾੜਾ ਦੱਸੋ ਇੱਥੇ ਟ੍ਰੈਫਿਕ ਬੜਾ ਜਾਮ ਲੱਗਿਆ ਹੋਇਆ ਪਿੱਛੇ ਤੁਹਾਡਾ ਕੋਈ ਇੱਕ ਵੀ ਮੁਲਾਜ਼ਮ ਸਾਨੂੰ ਨਜ਼ਰ ਨਹੀਂ ਸਰ ਜਿਹੜਾ ਸੰਨੀ ਦੇ ਉੱਤੇ ਸਾਡਾ ਮੁਲਾਜ਼ਮ ਹੈਗਾ ਜੀ ਸੰਨੀ ਤੇ ਇੱਕ ਹੈਗਾ ਇੱਕ ਝੁੰਗੀਆਂ ਮੋੜ ਤੇ ਹੈਗਾ ਏ ਜਿਹੜਾ ਮੁਲਾਜ਼ਮ ਸਾਡੇ ਤੇ 3 ਮੁਲਾਜ਼ਮ ਇੱਥੇ ਚੌਂਕ ਦੇ ਵਿੱਚ ਆ ਜੀ ਉਹ ਪਰੇ ਪਰੇ ਤੱਕ ਜੀ ਕਚਹਿਰੀਆਂ ਤੱਕ ਆ ਤੇ ਸਾਡੇ ਕੋਲ ਤੁਸੀਂ ਮੈਨੂੰ ਇਹ ਦੱਸੋ ਕਿ ਇੱਕ ਤਾਂ ਇੱਕ ਇਹ ਹੈ ਕਿ ਪਿੱਛੇ ਕਰੀਬ 1 ਕਿਲੋਮੀਟਰ ਦਾ ਜਾਮ ਲੱਗਿਆ ਹੋਇਆ ਉਸ ਜਾਮ ਦੇ ਵਿੱਚ ਤੁਹਾਡਾ ਕੋਈ ਮੁਲਾਜ਼ਮ ਨਜ਼ਰ ਨਹੀਂ ਆਇਆ ਜੀ ਝੁੰਗੇ ਮੋੜ ਤੇ ਲੱਗਿਆ ਹੋਇਆ ਤੇ ਗੱਲ ਇਹ ਹੈ ਕਿ ਉੱਥੇ ਜੇ ਕੋਈ ਐਂਬੂਲੈਂਸ ਆ ਜਾਂਦੀ ਹੈ ਜਿਵੇਂ ਹੁਣ ਇੱਕ ਬਜ਼ੁਰਗ ਵਾਲਾ ਲੈ ਕੇ ਆਇਆ ਹੋਇਆ ਸੀ ਕੋਈ ਜੇ ਕੋਈ ਐਦਾਂ ਦਾ ਬੰਦਾ ਆਉਂਦਾ ਹੈ ਉਹਦਾ ਕੀ ਪ੍ਰਬੰਧ ਹੈ ਕਿੱਥੋਂ ਕੱਢੋਗੇ ਉਹਨੂੰ ਉਹ ਤਾਂ ਸਾਡੇ ਕੋਲ ਜਿਵੇਂ ਕੋਈ ਆਉਂਦਾ ਜਿਵੇਂ ਇਹਨੇ ਆ ਕੇ ਰਿਕੁਐਸਟ ਕੀਤੀ ਆ ਤੇ ਸਾਡੇ ਨਾਲ ਇਹ ਤਾਂ ਰੋਂਗ ਸਾਈਡ ਆਏ ਨਾ ਸਰ ਇਹ ਦੇਖੋ ਰੋਂਗ ਸਾਈਡ ਆਇਆ ਹੈ ਅਸੀਂ ਹੁਣ ਗਾਹਾਂ ਇੱਥੋਂ ਗਾਹਾਂ ਫੇਰ ਚੱਲ ਜਾਣਾ ਜਿੱਥੇ ਕੋਈ ਦਿੱਕਤ ਆਉਂਦੀ ਉੱਥੇ ਜਾ ਕੇ ਅਸੀਂ ਸੋਲਵ ਕਰਾਂਗੇ
ਵੀ ਟ੍ਰੈਫਿਕ ਦੇ ਦਿਓ ਇੱਥੇ ਨਾ ਜਾਮ ਕਿੰਨੇ ਜਣੇ ਤੁਹਾਡੀ ਇੱਥੇ ਡਿਊਟੀ ਹੈ ਤੁਹਾਡੀ ਪੂਲ ਵਾਲੇ ਕਰਕੇ ਜੀ ਅੱਛਾ ਇਹ ਦੱਸੋ ਵੀ ਤੁਸੀਂ ਜਿਹੜੀ ਟ੍ਰੈਫਿਕ ਦੇਖਦੇ ਹੋ ਤੁਹਾਨੂੰ ਕੋਈ ਸਿਖਾਇਆ ਜਾਂਦਾ ਮਾੜਾ ਮੋਟਾ ਟ੍ਰੈਫਿਕ ਦਾ ਵੀ ਕਿਵੇਂ ਹੈਂਡਲ ਕਰਨੀ ਹੈ ਇਹੀ ਹੈ ਵੀ ਜੇ ਇੱਧਰਲੀ ਟ੍ਰੈਫਿਕ ਰੋਕਣੀ ਹੈ ਤਾਂ ਇੱਧਰ ਹੀ ਚਲਾ ਦੇਣੀ ਜੇ ਇੱਧਰ ਦੇ ਰੋਕਣੀ ਕਿੰਨੇ ਟਾਈਮ ਲਈ ਰੋਕਦੇ ਹੋ ਟ੍ਰੈਫਿਕ ਦੋਵੇਂ ਪਾਸ ਜੀ ਬਸ ਦੋ ਤਿੰਨ ਮਿੰਟ ਬਸ ਦੋ ਤਿੰਨ ਮਿੰਟ ਲਈ ਰੋਕ ਕੇ ਰੱਖਦੇ ਹੋ ਸਾਈਡ ਵਾਲੀ ਜੇ ਕੋਈ ਐਂਬੂਲੈਂਸ ਆ ਜਾਵੇ ਵਿੱਚ ਫਿਰ ਕਿਵੇਂ ਕੱਢਦੇ ਹੋ ਰੋਂਗ ਸਾਈਡ ਕੱਢਦੇ ਜੀ ਉਹਨੂੰ ਬਾਈ ਚਾਂਸ ਹਾਂਜੀ ਭਾਈ ਤੁਹਾਨੂੰ ਲੱਗਦਾ ਨਹੀਂ ਮੁਲਾਜ਼ਮ ਵਧਣੇ ਚਾਹੀਦੇ ਜੇ ਇੱਥੇ ਮੁਲਾਜ਼ਮ ਘੱਟ ਨੇ ਤੁਹਾਨੂੰ ਇੱਥੇ ਕਿਉਂਕਿ ਸਾਨੂੰ ਪਿਛਲੇ ਤਿੰਨ ਚਾਰ ਘੰਟਿਆਂ ਦੀ ਮੈਂ ਗੱਲ ਕਰ ਰਿਹਾ ਦੂਜੇ ਪਾਸੇ ਦੀ ਟ੍ਰੈਫਿਕ ਐਂਟਰ ਕਰਦੀ ਹੈ ਤਾਂ ਇੱਕ ਸਾਈਡ ਵਾਲੀ ਟ੍ਰੈਫਿਕ ਜਾਮ ਹੋ ਜਾਂਦੀ ਨੌਕਰੀ ਘੱਟ ਹੈ ਮੁਲਾਜ਼ਮ ਹੋਰ ਲੱਗਣੇ ਚਾਹੀਦੇ ਤੇ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਜਿਹੜੇ ਮਰੀਜ਼ ਲੈ ਕੇ ਚੱਲੇ ਹੋਏ ਆ ਘਰ ਦਾ ਕੋਈ ਬਜ਼ੁਰਗ ਲੈ ਕੇ ਚੱਲੇ ਹੋਏ ਆ ਜਾਂ ਐਂਬੂਲੈਂਸ ਜਦੋਂ ਆਉਂਦੀ ਹੈ ਉਹਨਾਂ ਨੂੰ ਪਹਿਲ ਦੇ ਦੀ ਜੀ ਜਿੱਦਾਂ ਕੋਈ ਮਰੀਜ਼ ਸਾਨੂੰ ਦੇਖਦਾ ਨਾ ਜਿੱਦਾਂ ਕਾਰ ਵਿੱਚ ਸੀਗਾ ਜਿਵੇਂ ਹੁਣ ਪਿੱਛੇ ਉਹ ਜਾਮ ਲੱਗਿਆ ਹੋਇਆ ਉੱਥੇ ਚਾਰ ਬੰਦੇ ਸਾਨੂੰ ਇਦਾਂ ਦੇ ਮਿਲੇ ਨੇ ਜਿਹੜੇ ਕਹਿੰਦੇ ਨੇ ਸਾਡਾ ਬਜ਼ੁਰਗ ਨੇ ਅਸੀਂ ਉਹਨਾਂ ਨੂੰ ਦਵਾਈ ਦਵਾਣੀਆਂ ਲੈ ਕੇ ਜਾਣਾ ਪਰ ਅਸੀਂ ਫਸੇ ਹੋਏ ਹਾਂ ਉੱਥੇ ਕੋਈ ਨਹੀਂ ਸੀ ਸੁਣਨ ਵਾਲਾ ਬਿਲਕੁਲ ਜੀ ਜੇ ਤਾਂ ਆਉਂਦਾ ਕੋਈ ਰੋਂਗ ਸਾਈਡ ਗਲਤ ਮਤਲਬ ਉਸ ਬੰਦੇ ਅਸੀਂ ਚਲਾਨ ਕਰਦੇ ਹਾਂ ਵੱਧ ਤੋਂ ਵੱਧ ਠੀਕ ਹੈ ਬਾਕੀ ਜਿਹੜੇ ਮਰੀਜ਼ ਵਾਲਾ ਉਹ ਬੰਦਾ ਅਸੀਂ ਛੱਡ ਦਿੰਦੇ ਬਿਲਕੁਲ ਛੱਡਾਂਗੇ ਜੀ ਇਹਨੂੰ ਪਰ ਜਾਮ ਲੱਗਦਾ ਇੱਥੇ ਰੋਜ਼ ਇਹ ਤਾਂ ਪਏ ਤੁਸੀਂ ਮੰਨਦੇ ਹੋ ਜੀ ਜਾਮ ਤਾਂ ਪੁਲ ਦੀ ਵਜ੍ਹਾ ਨਾਲ ਲੱਗਣਾ ਜੀ ਲੱਗਣਾ ਸਿੰਗਲ ਲੈਨ ਕਰਕੇ ਨਾ ਗੱਡੀ ਇੱਕ ਇੱਕ ਜਾ ਰਹੀ ਆ ਸਿੰਗਲ ਲੈਨ ਕਰਕੇ ਸਾਡੇ ਕੋਲ ਬੱਸ ਸਟੈਂਡ ਤੋਂ ਲੱਗ ਕੇ ਝੁੰਗੀਆਂ ਮੋੜ ਤੱਕ ਹੀ ਰਿਹਾ ਕੋਈ ਵੀ ਸਾਨੂੰ ਕੋਈ ਐਂਬੂਲੈਂਸ ਮਿਲਦੀ ਆ ਜਾਂ ਕੋਈ ਸਾਨੂੰ ਮਰੀਜ਼ ਆ ਜਾਂ ਕਿਸ ਤਰ੍ਹਾਂ ਵੀ ਆ ਆ ਕੇ ਅਸੀਂ ਉਹਨੂੰ ਪਹਿਲ ਦੇ ਦਿੱਤੇ ਮੈਂ ਇਹ ਕਹਿ ਰਿਹਾ ਸੀ ਨਾ ਕਿ ਪਤਾ ਕੀ ਆ ਉੱਥੇ ਤੁਸੀਂ ਕਹਿ ਰਹੇ ਹੋ ਕਿ ਉੱਥੇ ਝੁੰਗੀਆਂ ਰੋਡ ਤੇ ਕੋਈ ਹੈ ਉਸ ਤੋਂ ਬਾਅਦ 100 ਮੀਟਰ 200 ਮੀਟਰ ਅੱਗੇ ਆ ਕੇ ਫਿਰ ਜਾਮ ਲੱਗ ਜਾਂਦਾ ਵੱਡਾ ਉੱਥੇ ਕੋਈ ਸੁਣਨ ਵਾਲਾ ਹੈ ਨਹੀਂ ਤੁਹਾਨੂੰ ਲੱਗਦਾ ਨਹੀਂ ਕਿ ਹਰੇਕ ਘੱਟ ਤੇ ਮੁਲਾਜ਼ਮ ਘੱਟੋ ਘੱਟ ਇੱਕ ਹੋਣਾ ਚਾਹੀਦਾ ਪਰ ਹੋਣਾ ਤਾਂ ਚਾਹੀਦਾ ਪਰ ਸਰ ਹੁਣ ਇੱਥੇ ਡਿਊਟੀ ਬਹੁਤ ਪੈਂਦੀ ਆ ਜੀ ਸਾਡੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਐਸਪੀ ਸਾਹਿਬ ਦੇ ਐਸਪੀ ਟ੍ਰੈਫਿਕ ਦੇ ਨੌਲ ਦੇ ਵਿੱਚ ਆ ਉਹਨੇ ਸਾਨੂੰ ਅੱਜ ਦੁਪਹਿਰ ਨੂੰ ਜਾਂ ਸਵੇਰੇ ਬੰਦੇ ਦੇ ਦੇਣਗੇ ਚਲੋ ਠੀਕ ਹੈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਤੁਸੀਂ ਕਰੀ ਆ ਜੀ ਪਰ ਇੱਕ ਵਾਰੀ ਤਸਵੀਰਾਂ ਅਸੀਂ ਤੁਹਾਨੂੰ ਮੁੜ ਤੋਂ ਵਿਖਾ ਦਈਏ ਜੀ ਇਹ ਖਰੜ ਦੇ ਕੋਲ ਜਿਹੜਾ ਫਲਾਈਓਵਰ ਬਣ ਰਿਹਾ ਹੈ ਇੱਕ ਲੰਮੇ ਜਾਮ ਦੀ ਰੋਜ਼ਾਨਾ ਜਿਹੜੀ ਇੱਥੇ ਦਿੱਕਤ ਲੋਕਾਂ ਨੂੰ ਪੇਸ਼ ਆ ਰਹੀ ਹੈ ਕੰਪਨੀ ਦੇ ਵੱਲੋਂ ਵੀ ਕੁਝ ਮੁਲਾਜ਼ਮ ਜਿਹੜੇ ਨੇ ਜ਼ਰੂਰ ਦਿੱਤੇ ਗਏ ਨੇ ਟ੍ਰੈਫਿਕ ਪੁਲਿਸ ਨੂੰ ਪਰ ਉਹ ਸਿਰਫ ਖਾਨਾ ਪੂਰਤੀ ਨਜ਼ਰ ਆਉਂਦੀ ਹੈ ਕਿਉਂਕਿ ਵੱਡੇ ਪੱਧਰ ਤੇ ਲੋਕ ਪਰੇਸ਼ਾਨ ਹੁੰਦੇ ਨੇ ਇਹਦੇ ਵਿੱਚ ਲੋਕਾਂ ਨੂੰ ਕੱਢਣਾ ਹੁੰਦਾ ਹੈ ਸਿੰਗਲ ਲੈਨ ਇਸ ਵੇਲੇ ਜਿਹੜੀ ਹੈ ਟ੍ਰੈਫਿਕ ਇੱਥੇ ਚੱਲ ਰਹੀ ਹੈ ਲੋਕ ਪਰੇਸ਼ਾਨ ਨੇ ਉਸ ਨੂੰ ਲੈ ਕੇ ਲੋਕ ਲਗਾਤਾਰ ਸ਼ਿਕਾਇਤ ਕਰ ਰਹੇ ਨੇ ਕਿ ਇਸ ਮਸਲੇ ਦਾ ਕੋਈ ਪੱਕਾ ਹੱਲ ਜਿਹੜਾ ਹੈ ਉਹ ਜ਼ਰੂਰ ਹੋਣਾ ਚਾਹੀਦਾ ਹੈ ਤੇ ਫਿਲਹਾਲ ਅੱਜ ਦੇ ਪੰਜਾਬ ਬੋਲਦਾ ਚੈਨਲ ਧੰਨਵਾਦ।